ਦੇਸ਼ ਭਰ ਦੇ ਵਿੱਚ ਪੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਨੇ ਪਿਛਲੇ 24 ਘੰਟਿਆਂ 'ਚ ਹਜ਼ਾਰਾਂ ਵਾਰ ਪੁਚਾਲ ਆਇਆ ਇਸ ਦੇਸ਼ ਦੇ ਵਿੱਚ ਆਈਸਲੈਂਡ ਉਸ ਦੇਸ਼ ਦਾ ਨਾਮ ਦੱਸਿਆ ਜਾ ਰਿਹਾ ਜਿੱਥੇ ਪਿਛਲੇ 48 ਘੰਟਿਆਂ ਦੇ ਵਿੱਚ 1485 ਵਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ 1485 ਵਾਰ ਆਏ ਪੁਚਾਲ ਦੇ ਝਟਕਾ ਕਾਰਨ ਲੋਕ ਡਰੇ ਹੋਏ ਨੇ ਸਮੇਂ ਹੋਏ ਨੇ ਪੂਰੇ ਦੇਸ਼ ਦੇ ਵਿੱਚ ਲਗਾਤਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ ਹੀ ਹਜ਼ਾਰਾਂ ਵਾਰ ਪੁਚਾਲ ਦੇ ਝਟਕੇ ਲੱਗ ਚੁੱਕੇ ਨੇ ਜਿਸ ਤੋਂ ਬਾਅਦ ਜਵਾਲਾਮੁਖੀ ਐਕਟਿਵ ਹੋ ਗਿਆ ਇਸ ਦੇਸ਼ ਦੇ ਅੰਦਰ ਜਵਾਲਾਮੁਖੀ ਐਕਟਿਵ ਹੋ ਗਿਆ ਤੇ ਇਸ ਜਵਾਲਾਮੁਖੀ ਦੇ ਫਟਣ ਦਾ ਖਤਰਾ ਬਰਕਰਾਰ ਹੋ ਗਿਆ ਜਿਸ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰਨੀ ਪੈਗੀ ਹੈ ਫਿਲਹਾਲ ਸਭ ਤੋਂ ਵੱਡੀ ਤੇ ਅਹਿਮ ਖਬਰ ਕਹੀ ਜਾ ਸਕਦੀ ਹੈ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਪੁਚਾਲ ਦੇ ਝਟਕੇ ਲਗਾਤਾਰ ਲੱਗ ਰਹੇ ਨੇ 1485 ਵਾਰ ਜੀ ਹਾਂ ਇੱਕ ਦਿਨ ਦੀ ਵਾਰ ਨਹੀਂ 1400 ਤੋਂ ਵੀ ਵੱਧ ਵਾਰ ਆਏ ਪੁਚਾਲ ਦੇ ਝਟਕਿਆਂ ਕਾਰਨ ਲੋਕਾਂ ਨੂੰ ਆਪਣੇ ਜਾਨਾਂ ਬਚਾ ਕੇ ਸਖਤ ਥਾਵਾਂ ਵੱਲ ਭੱਜਣਾ ਪੈ ਗਿਆ ਇਹ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਪਰ ਫਿਲਹਾਲ ਦੱਸ ਦਈਏ ਕਿ ਬੇहद ਅਹਿਮ ਇਹ ਖਬਰ ਕਹੀ ਜਾ ਸਕਦੀ ਹੈ ਲਗਾਤਾਰ ਪੁਚਾਲ ਦੇ ਝਟਕਿਆਂ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਪਿਛਲੇ 48 ਘੰਟਿਆਂ ਦੌਰਾਨ ਹੀ ਦੱਸਿਆ ਜਾਂਦਾ ਹੈ ਕਿ 1485 ਵਾਰ 1485 ਵਾਰ ਭੁਚਾਲ ਦੇ ਝਟਕੇ ਲੱਗੇ ਨੇ ਜਿਸ ਦੇ ਕਾਰਨ ਲੋਕ ਆਪਣੇ ਘਰਾਂ ਦਫ਼ਤਰਾਂ ਤੋਂ ਦੁਕਾਨਾਂ ਤੋਂ ਬਾਹਰ ਨਿਕਲ ਆਏ ਨੇ ਫਿਲਹਾਲ ਇਹ ਭੁਚਾਲ ਦੇ ਝਟਕਿਆਂ ਤੋਂ ਬਾਅਦ ਜਵਾਲਾਮੁਖੀ ਫਟਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਇਸ ਦੇਸ਼ ਵਿੱਚ ਕਈ ਜਵਾਲਾਮੁਖੀ ਨੇ ਦੱਸਿਆ ਜਾਂਦਾ ਹੈ ਕਿ ਇੱਕ ਜਵਾਲਾਮੁਖੀ ਬਹੁਤ ਜ਼ਿਆਦਾ ਐਕਟਿਵ ਹੋ ਗਿਆ ਜਿਸ ਦੇ ਫਟਣ ਦਾ ਖਤਰਾ ਲਗਾਤਾਰ ਵੱਧ ਬਰਕਰਾਰ ਹੈ ਫਿਲਹਾਲ ਸਭ ਤੋਂ ਕਹਿ ਸਕਦੇ ਹਾਂ ਜਬਰਦਸਤ ਜੋ ਪਚਾਲ ਇਸ ਦੇਸ਼ ਵਿੱਚ ਆਇਆ ਉਸ ਦੀ ਤੀਬਰਤਾ 5.2 ਮਾਪੀ ਗਈ ਹੈ 5.2 ਦੀ ਤੀਬਰਤਾ ਨਾਲ ਲੱਗੇ ਪਚਾਲ ਦੇ ਛਟਕੇ ਪੂਰੇ ਦੇਸ਼ ਦੇ ਵਿੱਚ ਮਹਿਸੂਸ ਕੀਤਾ ਕਿ ਨਹੀਂ ਲਗਾਤਾਰ 1485 ਵਾਰ ਦੱਸਿਆ ਜਾਂਦਾ ਹੈ ਕਿ ਲਗਾਤਾਰ 1485 ਵਾਰ ਆਈਸਲੈਂਡ ਦੀ ਧਰਤੀ ਹਿੱਲ ਗਈ ਹੈ ਆਈਸਲੈਂਡ ਦੇ ਵਿੱਚ ਲਗਾਤਾਰ ਪਚਾਲ ਦੇ ਝਟਕਿਆਂ ਦੇ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਲੋਕਾਂ ਨੂੰ ਸਮਝ ਹੀ ਨਹੀਂ ਆ ਪਾਰਿਆ ਕਿ ਅਖਰੇ ਕੀ ਹੋ ਰਿਹਾ ਹੈ ਅਚਾਨਕ ਝਟਕੇ ਲੱਗਣੇ ਸ਼ੁਰੂ ਹੋਏ ਜਿਸ ਤੋਂ ਬਾਅਦ ਝਟਕੇ ਲਗਾਤਾਰ ਲੱਗਦੇ ਰਹੇ 4 ਦੀ ਤੀਬਰਤਾ ਨਾਲ ਕਦੇ 4.5 ਦੀ ਤੀਬਰਤਾ ਨਾਲ ਕਦੇ 5 ਦੀ ਤੀਬਰਤਾ ਨਾਲ ਪੁਚਾਲ ਆਇਆ ਆਖਰੀ 50 ਸਭ ਤੋਂ ਜ਼ਬਰਦਸਤ ਰਾਜ ਜਿਸ ਦੇ 5.2 ਦਿੱਤੀ ਵਰਤਾ ਦੇ ਨਾਲ ਆਇਆ ਦੱਸਿਆ ਜਾ ਰਿਹਾ ਹੈ ਆਈਸਲੈਂਡ ਦੇ ਵਿੱਚ ਲਗਾਤਾਰ ਪੁਚਾਲ ਦੇ ਝਟਕਿਆਂ ਦੇ ਕਾਰਨ ਫਿਲਹਾਲ ਲੋਕ ਡਰ ਚੁੱਕੇ ਨੇ ਡਰ ਦੇ ਮਾਰੇ ਕੰਬ ਰਹੇ ਨੇ ਜਿਸ ਇਲਾਕੇ ਦੇ ਵਿੱਚ ਦੱਸਿਆ ਜਾਂਦਾ ਕਿ ਜਵਾਲਾਮੁਖੀ ਐਕਟਿਵ ਹੋ ਗਿਆ ਹੈ ਪੁਚਾਲ ਦੇ ਝਟਕਿਆਂ ਦੇ ਕਾਰਨ ਉਸ ਪੂਰੇ ਇਲਾਕੇ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸਰਕਾਰ ਦਾ ਕਹਿਣਾ ਹੈ ਕਿ ਇਸ ਇਲਾਕੇ ਨੂੰ ਦੱਸਿਆ ਜਾਂਦਾ ਕਿ ਜਵਾਲਾਮੁਖੀ ਦੇ ਨੇੜਲੇ ਇਲਾਕੇ ਨੂੰ ਤੁਰੰਤ ਖਾਲੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਜਵਾਲਾਮੁਖੀ ਫਟਦਾ ਹੈ ਤਾਂ ਉਸ ਦੇ ਲਾਵੇ ਦੇ ਨਾਲ ਬਹੁਤ ਵੱਡੇ ਪੱਧਰ ਤੇ ਤਬਾਹੀ ਵੇਖ ਸਕਦੀ ਹੈ ਤਬਾਹੀਆਂ ਮੰਜ਼ਰ ਵੇਖਣ ਨੂੰ ਮਿਲ ਸਕਦਾ ਪਰ ਫਿਲਹਾਲ ਬਹੁਤ ਅਹਿਮ ਤਾਂ ਵੱਡੀ ਖਬਰ ਕਹੀ ਜਾ ਸਕਦੀ ਹੈ ਹਜ਼ਾਰਾਂ ਵਾਰ ਪੁਚਾਲ ਆਇਆ ਹਜ਼ਾਰਾਂ ਵਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਲੋਕ ਆਪਣੇ ਕਮਾਂਕਾਰਾਂ ਨੂੰ ਦੱਸਿਆ ਜਾਂਦਾ ਕਿ ਕਮਾਂਕਾਰਾਂ ਨੂੰ ਛੱਡ ਕੇ ਘਰਾਂ ਤੋਂ ਬਾਹਰ ਨਿਕਲ ਕੇ ਖੁੱਲੀਆਂ ਥਾਵਾਂ ਤੇ ਜਾ ਕੇ ਬੈਠੇ ਨੇ ਕਿਉਂਕਿ ਲਗਾਤਾਰ ਆ ਰਹੇ ਪੁਚਾਲ ਦੇ ਕਾਰਨ ਲੋਕ ਆਪਣੇ ਘਰਾਂ ਦੇ ਅੰਦਰ ਵੜਨ ਤੋਂ ਵੀ ਡਰ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਵਾਰ ਪੁਚਾਲ ਵੱਧ ਤੀਬਰਤਾ ਦੇ ਨਾਲ ਆਉਂਦਾ ਹੈ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਘਰ ਦੇ ਅੰਦਰ ਵੜਨ ਵੀ ਜਾਂਦਾ ਫਰਦ ਸਰਜੰਦਾ ਕਿ ਇਲਾਕਾ ਠੰਡਾ ਹੈ ਇਸ ਇਲਾਕੇ ਦੇ ਵਿੱਚ ਲਗਾਤਾਰ ਭਲੀ ਠੰਡ ਦੇ باوجود ਲੋਕਾਂ ਨੇ ਪੁਚਾਲ ਦੇ ਝਟਕਿਆਂ ਦੇ ਵਿਚਾਲੇ ਰਾਤ ਘਰਾਂ ਦੇ ਬਾਹਰ ਕੱਟੀ ਹੈ ਦੂਜੇ ਪਾਸੇ ਪੁਚਾਲ ਦੇ ਝਟਕਿਆਂ ਦੇ ਕਾਰਨ ਜਵਾਲਾਮੁਖੀ ਸਰਗਮ ਹੋ ਗਿਆ ਹੈ ਜਵਾਲਾਮੁਖੀ ਐਕਟਿਵ ਹੋਣ ਦੇ ਕਾਰਨ ਫਿਲਹਾਲ ਜਵਾਲਾਮੁਖੀ ਫਟਣ ਦਾ ਖਤਰਾ ਬਣ ਗਿਆ ਹੈ ਜਿਸ ਦੇ ਕਾਰਨ ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਪੂਰੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰਦਿਆਂ ਐਲਾਨ ਕਰ ਦਿੱਤਾ ਗਿਆ ਹੈ ਕਿ ਜਸਥਾਨ ਦੇ ਉੱਤੇ ਪੈਨਸਿਲਰ ਦਾ ਨਾਮ ਦਿਸਦਾ ਹੈ ਜੋ ਉਸਤਾਨ ਦਾ ਉਸਤਾਂਤ ਇਲਾਕੇ ਰਹਿੰਦੇ ਸਾਰੇ ਲੋਕ ਆਪਣੇ ਘਰਾਂ ਦਫ਼ਤਰਾਂ ਦੁਕਾਨਾਂ ਨੂੰ ਤੁਰੰਤ ਖਾਲੀ ਕਰ ਦੇਣ ਤੇ ਸੁਰੱਖਿਅਤ ਥਾਵਾਂ ਵੱਲ ਭੱਜ ਨਿਕਲਣ ਜਿੰਨੀ ਜਲਦੀ ਹੋ ਸਕਦਾ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਆਖ ਦਿੱਤਾ ਗਿਆ ਪੂਰਾ ਥਾਂ ਖਾਲੀ ਕਰਨ ਲਈ ਆਖ ਦਿੱਤਾ ਕਿਉਂਕਿ ਜਵਾਲਾਮੁਖੀ ਦਾ ਲਾਵਾ ਕਿਸੇ ਲਈ ਵੀ ਫਟ ਸਕਦਾ ਜੇਕਰ ਜਵਾਲਾਮੁਖੀ ਫਟਦਾ ਹੈ ਤੇ ਕਹਿ ਸਕਦੇ ਹਾਂ ਕਿ ਅੱਗ ਦੀ ਨਦੀ ਇਸ ਇਲਾਕੇ ਦੇ ਵਿੱਚ ਵਗ ਤੁਰੇਗੀ ਲਾਵਾ ਵਹਿ ਤੁਰੇਗਾ ਜਿਸ ਦਿਨ ਨਾਲ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊ ਦਾ ਖਦਸ਼ਾ ਹੈ ਪਰ ਫਿਲਹਾਲ 1400 ਤੋਂ ਵਿਵਾਦ ਦوار ਆਏ ਪੁਚਾਲ ਦੇ ਝਟਕਿਆਂ ਨੇ 1485 ਵਾਰ ਆਏ ਪੁਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਕੰਬੜੀ ਛੇੜ ਦਿੱਤੀ ਹੈ ਲੋਕਾਂ ਨੂੰ ਸਮਝ ਹੀ ਨਹੀਂ ਆ ਪਾਰਿਆ ਕਿ ਆਪਣੇ ਨਿੱਕੇ ਨਿੱਕੇ ਬੱਚਾਂ ਬਜ਼ੁਰਗਾਂ ਨੂੰ ਲੈ ਕੇ ਆਖਰ ਕਿੱਧਰ ਜਾਣ ਘਰਾਂ ਦੇ ਬਾਹਰ ਬੈਠੇ ਲੋਕ ਲਗਾਤਾਰ ਪੁਚਾਲ ਦੇ ਝਟਕੇ ਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆ ਪਾਰਿਆ ਕਿ ਆਖਰ ਕੀ ਹੋ ਰਿਹਾ ਹੈ ਪਰ ਫਿਲਹਾਲ ਸਭ ਤੋਂ ਵੱਡੀ ਤੇ ਅਹਿਮ ਖਬਰ ਤੁਹਾਡੀ ਸਕਰੀਨ ਤੇ ਅਸੀਂ ਸਾਂਝੀ ਕਰ ਰਹੇ ਹਾਂ ਇਹਦਾ ਤਸਵੀਰਾਂ ਨਾਲ ਦੱਸਦੇ ਹਾਂ ਕਿ ਤੁਸੀਂ ਇਸ ਖਬਰ ਤੇ ਆਪਣੀ ਪ੍ਰਤੀਕਿਰਿਆ ਕਮੈਂਟ ਕਰ ਸਕਦੇ ਹੋ ਇਸ ਖਬਰ ਨੂੰ ਅਤਤ ਸ਼ੇਅਰ ਕੀਤਾ ਜਾ ਸਕਦਾ ਹੈ ਜੀ ਤੁਹਾਡੇ ਕਮੈਂਟ ਪੜਨ ਦੀ ਕੋਸ਼ਿਸ਼ ਕਰਾਂਗੇ ਜਿਸ ਲਈ ਕੇ ਰਾਹੁਲ ਪਾਂਸਲ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਉੱਥੇ ਆਸੀਫ ਕੁਰੇਸ਼ੀ ਦੀ ਪ੍ਰਤੀਕਿਰਿਆ ਮਿਲ ਰਹੀ ਹੈ ਆਈਸਲੈਂਡ ਆਈਸਲੈਂਡ ਉਹ ਦੇਸ਼ ਜਿੱਥੇ ਝਟਕੇ ਮਹਿਸੂਸ ਕੀਤੇ ਗਏ ਨੇ 1400 ਤੋਂ ਵੱਧ ਵਾਰ 1485 ਵਾਰ ਆਏ ਪੁਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਲੋਕ ਘਰਾਂ ਦੇ ਬਾਹਰ ਬੈਠੇ ਨੇ ਕਿ ਝਟਕੇ ਹੁਣ ਰੁਕਣ ਹੁਣ ਰੁਕਣ ਆਪਣੇ ਘਰਾਂ ਨੂੰ ਜਾਣ ਪਰ ਝਟਕੇ ਲਗਾਤਾਰ ਲੱਗਦੇ ਜਾ ਰਹੇ ਨੇ ਲਗਾਤਾਰ ਆ ਰਹੇ ਪੁਚਾਲ ਦੇ ਕਾਰਨ ਲੋਕ ਕੰਬ ਚੁੱਕੇ ਨੇ ਘਰਾਂ ਦੇ ਅੰਦਰ ਨਹੀਂ ਜਾ 파 ਰਹੇ ਦਫਤਰਾਂ ਚ ਨਹੀਂ ਜਾ 파 ਰਹੇ ਲੋਕ ਰੋਟੀ ਪਾਣੀ ਤੋਂ ਵੀ ਕਹਿ ਸਕਦੇ ਹੋ ਭੁੱਖੇ ਪਾਸੇ ਘਰਾਂ ਦੇ ਬਾਹਰ ਬੈਠੇ ਨੇ ਪਰ ਦੂਜੇ ਪਾਸੇ ਆਈਸਲੈਂਡ ਦੇ ਵਿੱਚ ਹੀ ਦੱਸਿਆ ਜਾਂਦਾ ਕਿ ਪੈਨਸੂਲਾ ਇਲਾਕੇ ਦੇ ਵਿੱਚ ਜਵਾਲਾਮੁਖੀ ਐਕਟਿਵ ਹੋ ਗਿਆ ਹੈ ਜਵਾਲਾਮੁਖੀ ਐਕਟਿਵ ਹੋਣ ਦੇ ਨਾਲ ਕਿਸੇ ਵੇਲੇ ਵੀ ਜਵਾਲਾਮੁਖੀ ਫਟ ਸਕਦਾ ਹੈ ਜਿਸ ਦੇ ਨਾਲ ਲਾਵਾ ਕਹਿ ਸਕਦੇ ਹਾਂ ਅੱਗ ਦਾ ਜੋ ਕਿ ਅੱਗ ਦੀ ਨਦੀ ਕਹਿ ਸਕਦੇ ਹੋ ਕਿ ਵਹਿ ਤੁਰੇਗੀ ਲਾਵਾ ਜਦੋਂ ਵਹਿ ਤੁਰਿਆ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਪਰ ਫਿਲਹਾਲ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਬੇहद ਅਹਿਮ ਇਹ ਖਬਰ ਕਹੀ ਜਾ ਸਕਦੀ ਹੈ ਜੋ ਤੁਹਾਡੀ ਸਕਰੀਨ ਤੇ ਇਸ ਵੇਲੇ ਸਾਂਝੀ ਕਰ ਰਹੇ ਹਾਂ